ਖਰਾਸ ਹੈ ਖਰਾਸ ਪੰਜਾਬ ਚ ਇਹਨੂੰ ਖਰਾਸ ਬੋਲੇ ਜਾਂਦੇ ਹਨ ਠੀਕ ਤੇ ਬਜ਼ੁਰਗੋ ਕਿੰਨੇ ਅਰਸੇ ਤੋਂ ਇੱਥੇ ਲੱਗੇ ਹੋਏ ਹਨ ਪੱਚੀ ਤੀਹ ਸਾਲ ਮਾਸ਼ਾਅੱਲਾ ਬੜੀ ਗੱਲ ਹੈ ਉਸ ਤੋਂ ਇਲਾਵਾ ਜੀ ਇਹ ਦੂਸਰਾ ਇਹ ਤੁਸੀਂ ਲਾਇਆ ਸੀ ਤੁਹਾਡੇ ਬਜ਼ੁਰਗਾਂ ਨੇ ਲਾਇਆ ਜੀ ਮੈਂ ਆਪ ਲਾਇਆ ਮੇਰੇ ਬਜ਼ੁਰਗ ਜਿਹੜੇ ਸੀ ਉਹਨਾਂ ਨੂੰ ਪੁੱਛਿਆ ਮੈਂ ਕਿਹਾ ਆਪਾਂ ਖਰਾਸ ਲਾ ਲਈਏ ਉਹਦਾ ਮੰਡਾ ਅਗਲੇ 30 ਸੇਰ ਦਿੰਦੇ ਆ ਤੇ ਪੈਸੇ ਵੀ ਲੈਣੇ ਆਟਾ ਵੀ ਉੱਥੇ ਉਹ ਜੇ ਹੁਣ ਮਤਲਬ ਕੋਈ ਛੱਡ ਕੇ ਆ ਗਿਆ ਤੇ ਉਹਨਾਂ ਮੰਡਾ ਮਤਲਬ ਵੀ 30 ਸੇਰ ਹੀ ਦੇਣਾ ਵੀ ਜੋ 5 ਕਿਲੋ ਉਹਨਾਂ ਨੇ ਖੱਪਾ ਮਾਰ ਲੈਣਾ 5 ਕਿਲੋ ਉਹਨਾਂ ਨੇ ਕਰਤਾ ਕੱਟ ਲੈਣਾ ਉਹ ਮੁੜ ਕੇ ਫਿਰ ਉਹਦੇ ਨਾਲ ਅਸੀਂ ਆ ਵੀ 100 ਮਾਣ ਸਾਡਾ ਖਰਚਾ ਸਾਲ ਦਾ ਹੈਗਾ ਸੀ ਮੈਂ ਕਿਹਾ ਉਹਦੇ ਨਾਲ ਆਪਾਂ ਖਰਾਸ ਲਾ ਲਈਏ ਸੀ ਉਹਦੇ ਨਾਲ ਖਰਾਸ ਲਾਇਆ ਸਹੀ ਬਿਹਤਰ ਹੋ ਗਿਆ ਹਾਂਜੀ ਤੇ ਕੀ ਨਾਮ ਬਜ਼ੁਰਗ ਆਪਣਾ ਮੇਰਾ ਨਾਮ ਹੈ ਜ਼ਿਆਲ ਹੱਕ ਜ਼ਿਆਲ ਹੱਕ ਮਾਸ਼ਾਅੱਲਾ ਜ਼ਿਆਲ ਹੱਕ ਜ਼ਿਲ੍ਹਾ ਸਹੀਵਾਲ ਜੀ ਹਾਂਜੀ ਮਾਸ਼ਾਅੱਲਾ ਬਹੁਤ ਅੱਛੀ ਗੱਲ ਇਹ ਬੜੀ ਗੱਲ ਹੈ ਬਜ਼ੁਰਗੋ ਇਸ ਦੌਰ ਦੇ ਵਿੱਚ ਵੀ ਇਹ ਚੀਜ਼ਾਂ ਹੈ ਨੇ ਹੁਣ ਕਿਹੜਾ 2021 ਆ ਗਿਆ ਕਿਸੇ ਵੀ ਜਾਣਦੇ ਹੋ ਚੌਧਰੀ ਫੈਰ ਕਰੀਮ ਨੇ ਮਤਲਬ 14-15 ਸਾਲ ਮੈਂਬਰੀ ਕੀਤੀ ਆ ਬੈਰਾ ਇਲੈਕਸ਼ਨ ਤੋਂ ਮਤਲਬ ਇਹ ਦੇ ਮਾਸ਼ਾਅੱਲਾ ਬਹੁਤ ਅੱਛੀ ਗੱਲ ਹੈ ਹਾਂਜੀ ਕੈਸਰ ਜ਼ਿਆ ਕੀ ਹਾਲ ਹੈ ਜਨਾਬ ਠੀਕ ਆ ਰਾਜੀ ਇਹ ਹੁਣ ਬਜ਼ੁਰਗਾਂ ਨੇ ਦੱਸਿਆ ਕਿ 25-30 ਸਾਲ ਹੋ ਗਿਆ ਅਸੀਂ ਇਹ ਖਰਾਸ ਲਾਏ ਨੂੰ ਅਤੇ ਤੁਸੀਂ ਹੁਣ ਬਜ਼ੁਰਗਾਂ ਦੀ ਉਮਰ ਤਾਂ ਕਾਫੀ ਹੋ ਗਈ ਹੈ ਅਤੇ ਅੱਲਾ ਇਹਨਾਂ ਦੀ ਹੋਰ ਉਮਰ ਜ਼ਿਆਦਾ ਕਰੇ ਅਤੇ ਉਸ ਤੋਂ ਬਾਅਦ ਤੁਸੀਂ ਐਵੇਂ ਹੀ ਰੱਖੋਗੇ ਕਿ ਖਤਮ ਕਰ ਦੇਣਾ ਵਾ ਇੱਦਾਂ ਹੀ ਰੱਖਣਾ ਆਪਦੇ ਜਿੰਨਿਆਂ ਰੱਖੋਗੇ ਚਲੋ ਮਾਸ਼ਾਅੱਲਾ ਜ਼ਿੰਦਾਬਾਦ ਜਨਾਬ ਪੰਜਾਬ ਦੀ ਸਕਾਫਤ ਜਨਾਬ ਸਾਡੇ ਪੰਜਾਬ ਦੀ ਸ਼ਾਨ ਇਹ ਸਾਡੇ ਪੰਜਾਬ ਦੀ ਵਿਰਾਸਤ ਇਹ ਸਾਡੇ ਪੰਜਾਬ ਦੀਆਂ ਚੀਜ਼ਾਂ ਇਹ ਜ਼ਿੰਦਗੀ 'ਚ ਦੁਬਾਰਾ ਦੁਬਾਰਾ ਵੇਖਣ ਨੂੰ ਮਿਲਦੀਆਂ ਨੇ ਇਨਸ਼ਾਅੱਲਾ ਨੈਕਸਟ ਟਾਈਮ ਅਗਲੀ ਵੀਡੀਓ ਦੇ ਨਾਲ ਹਾਜ਼ਰ ਹੋ ਪੰਜਾਬੀ ਵਲੋਗ ਨੂੰ ਇਜਾਜ਼ਤ ਦੇਵੋ ਪਾਕਿਸਤਾਨ ਜ਼ਿੰਦਾਬਾਦ